आ भी वधिया होया, जैलो ने दसता मैनू भी अज पूर्णवासी है, टाइम नाल ही मत्था टेक आई। वधिया सारिया मिल गईया ना, अज पूर्णवासी करके सारिया आईया सी। चल है तां दूर थक जाईदा, टाइम नाल आ गई। सतनाम वाहिगुरु महाराज सच्चे पातशाह। चल वधिया तुरदी फिरदी रखिया, तेरे दर ते जाया आया करा। पानी पूनी जा भी डुल्या पियागा, की करी जांदी आ हिरकान देखा। उड़ किधर भग गई इह, कोई काम बना धंधा ना, हजे तां कुछ कासे नूं हाथ ही नहीं पाया उहने। है अंदर देखा किते उठी ना होवे अज। नी बागुरु आप महाराणी हजे सुती, नहीं उतो एडी धुप चढ़ आई, हजे बेला नहीं होया उठण दा, मौजना पईआं तू। बेबे मेरी तबीयत नहीं ठीक हैगी सी, बस मैं उठ नहीं लगी सी। नहीं तेरी तां रोग दा कुजे दा तबीयत कदे ठीक होई नहीं है, 12 बजे पए ने, ओ मुंडा भी उठ के बाहर नूं भग गया, मैं गुरुद्वारे जाके मुड़ आई। बस बेबे मैं करदी आं कम, अज तू मगरों करेंगी, दुपहरा हो गया। करदी आं बेबे मैं कम, खड़ी हो जा जाके कम कर। की शर्म लाही हैगी, किसे टाइम ही नहीं ओह करदी हैगी। ए चलो बेबे मैं आउनी हैगी। चल खड़ी हो, ना खड़ी हो जा, अजा पैया नहीं होया। बेबे मैंने चप्पला बुला पाइया ने, चप्पला चल तेरा बेबे, चल पड़िया चप्पला दी, अजा पैया नहीं होया। बेबे कड्डी धुप चढ़ी पई है, तेनू आई नहीं पता लगता। बेबे मेरा तो नहीं, घट्टो घट्ट इस जवाक दा चल सोच ले। बेबे तू लोट आउंदी हैगी, चल चल चल। बेबे मैं जानी नहीं लगी, चक्कर देख, चक्कर चक्कर देख, पहला कि मैं पानी डोलिया। बेबे मैं कर देनी है, इस वेले तई आए हुंदा, आज तेनू आ तेनू दीना नहीं, ਇਹ ਤੇਰੀ ਮਾਂ ਕਰਕੇ ਜਾਊਗੀ। ਕਿੱਥੋਂ ਲੋਕ ਦਾ ਕੁੱਜਾ ਮਾਰੀਆ ਪੱਲੇ ਸਾਡੇ। ਬੇਬੇ ਮੈਂ ਕਰ ਦੇਣੀ ਆ ਸਾਰਾ ਕੰਮ, ਹੁਣ ਕਰ ਦੇਣੀ ਆ, 12 ਵਜੇ ਜਦੋਂ ਧੁੱਪ ਚੜ ਗਈ ਐਡੀ। ਉਹ ਵੀ ਲੋਕਾਂ ਨੇ ਨੂਹਾ ਨੇ ਉਹ ਜਿਹੜਾ ਜੈਲੋ ਤੇ ਕੱਲ ਦੋਵੇਂ ਆਈਆਂ ਸੀ, ਨਾ ਨੂਹਾ ਨੂੰ ਨਾ ਗੁਰਦੁਆਰੇ ਲੈ ਕੇ ਗਈਆਂ ਨੇ, ਜੇ ਤੜਕਾ ਸੁਨੇਹਾ ਉੜਦੀਆਂ ਨੇ ਤੇਰੇ ਵਰਗੀ ਬੇਭਾਗ ਨਾ ਹਜੇ ਤੱਕ ਸੁੱਤੀ ਪਈ ਹੈ। ਬੇਬੇ ਮੇਰਾ ਚਿੱਤ ਨਹੀਂ ਠੀਕ ਸੀ, ਮੈਂ ਤਾਂ ਪਈ ਸੀਗੀ। ਤੇਰਾ ਚਿੱਤ ਕਦੇ ਹੋਇਆ ਹੀ ਨਹੀਂ, ਜੇ ਤੇਰੀ ਮਾਂ ਦਾ ਚਿੱਤ ਲੁੱਟ ਹੋਇਆ ਹੋਵੇ ਕਿ ਫਿਰ ਤਾਂ ਤੇਰਾ ਹੋਵੇ। ਅਹੀ ਜੀ ਤੇਰੀ ਮਾਂ ਸੀ, ਅਹੀ ਜੀ ਤੂੰ ਮਾਰੀ ਪੱਲੇ ਸਾਡੇ ਜੰਮ ਕੇ। ਕਹਿੰਦੇ ਹੁੰਦੇ ਨੇ ਮਾਵਾਂ ਮਾਵਾਂ ਹੀ ਹੁੰਦੀਆਂ ਨੇ, ਸੱਸਾਂ ਦੁੱਖ ਨਹੀਂ ਸਮਝਦੀਆਂ। ਜੇ ਮੈਂ ਮਾਰ ਸੀ ਤਾਂ ਹੀ ਪਈ ਸੀ ਨਾ, ਦੇਖ ਲੈ ਮੇਰੀ ਮਾਂ ਤੇ ਵੀ ਨੇੜਾ ਮਾਰ ਗਈ। ਹਾਏ ਰੱਬਾ, ਜੇ ਤੂੰ ਮੈਨੂੰ ਇੱਕ ਭਰਾ ਦੇ ਦਿੰਦਾ, ਮੈਨੂੰ ਆ ਮੇਰੇ ਨਾ ਸੁਣਨੇ ਪੈਂਦੇ, ਤੇ ਅੱਜ ਮੇਰੇ ਦੁੱਖ 'ਚ ਸ਼ਰੀਕ ਹੁੰਦਾ ਮੇਰਾ ਭਰਾ ਵੀ। ਹੁਣ ਮੈਂ ਆਪਦੇ ਮਾਂ ਬਾਪ ਨੂੰ ਜਿਹੜੇ ਵਿਚਾਰੇ ਰੋਗੀ ਨੇ, ਉਹਨਾਂ ਨੂੰ ਮੈਂ ਦੁੱਖ ਕਿਵੇਂ ਸੁਣਾਵਾਂ, ਉਹ ਤਾਂ ਪਹਿਲੇ ਹੀ ਦੁਖੀ ਨੇ। ਲਓ ਬੇਬੇ ਚਾਹ। ਹੋ ਗਿਆ ਬੇੜਾ, ਘੰਟਾ ਲਾਤਾ ਚਾਹ ਬਣਾਉਂਦੀ ਨੇ, ਤੇ ਉਹ ਮੁੰਡਾ ਕਿੱਧਰ ਗਿਆ ਕਦੋਂ ਦਾ? ਬੇਬੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਨੀਂਦ 'ਚ ਵੀ ਕਦੋਂ ਕਦਾ ਗਿਆ ਗਾ। ਤੈਨੂੰ ਕੋਲੋਂ ਉੱਠ ਕੇ ਗਈ ਤਾਂ ਮੁੰਡੇ ਦਾ ਨਹੀਂ ਪਤਾ ਲੱਗਿਆ? ਬੇਬੇ ਜੇ ਮੈਨੂੰ ਪਤਾ ਹੁੰਦਾ ਮੈਂ ਇੰਨੀ ਲੇਟ ਕਿਉਂ ਉੱਠਦੀ, ਮੈਨੂੰ ਪਤਾ ਨਹੀਂ ਲੱਗਿਆ ਬੇਬੇ। ਚੰਗਾ ਹੁਣ ਜਿੱਲ ਜਿੱਲ ਕਰਦੀ ਨਾ, ਉੱਥੇ ਨਾ ਘੰਟਾ ਲਾ ਦੀ ਤੇ ਰੋਟੀ ਦੀ ਤਿਆਰੀ ਕਰ ਲੈ। ਬਣਾਉਣੀ ਹੈ ਬੇਬੇ ਰੋਟੀ। ਜਿੱਲ 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 ਕਰੀ ਜਾਊਗੀ। ਸਬਜ਼ੀ ਬਣਾ ਦਾਂ, ਮੇਰੇ ਤਾਂ ਬੇਬੇ ਦਾ ਫੋਨ ਵੀ ਨਹੀਂ ਆਇਆ, ਮੈਥੋਂ ਤਾਂ ਇਹਨਾਂ ਨੇ ਮੋਬਾਈਲ ਵੀ ਖੋਲਿਆ। ਹੁਣ ਮੈਂ ਬੇਬੇ ਨਾਲ ਭਲਾ ਕਿਵੇਂ ਗੱਲ ਕਰਾਂ, ਕੀ ਪਤਾ ਵਿਚਾਰੀ ਬੇਬੇ ਫੋਨ ਕਰਦੀ ਹੋਵੇ, ਮੈਨੂੰ ਇਹ ਨਾ ਦੱਸਦੇ ਹੁਣ। ਚੱਲ ਦੇਖਦੀ ਆ, ਖਬਰ ਆ ਹੀ ਜਾਵੇ ਥੋੜਾ ਟਾਈਮ ਡੀਕ ਲੈਣੀ ਆ। ਹੁਣ ਕਿਵੇਂ ਚਿੱਤ ਠੀਕ ਆ ਤੁਹਾਡਾ? ਉਹ ਚਿੱਤ ਤਾਂ ਠੀਕ ਨਹੀਂ ਹੈਗਾ ਯਾਰ। ਅੱਛਾ ਤੁਹਾਡਾ ਚਿੱਤ ਕੀ, ਅੱਜ ਮੇਰਾ ਚਿੱਤ ਵੀ ਠੀਕ ਨਹੀਂ ਹੈਗਾ। ਪਤਾ ਨਹੀਂ ਕੀ ਹੋ ਰਹੀ, ਘੁਰਾਟ ਜੀ ਹੋਈ ਜਾਂਦੀ ਹੈ। ਮੇਰਾ ਤਾਂ ਆਪ ਨਾ ਦਿਲ ਨਾ ਅੱਜ ਡੁੱਬੂ ਡੁੱਬੂ ਕਰੀ ਜਾਂਦਾ, ਪਤਾ ਨਹੀਂ ਕਾਹ ਤੋਂ ਐ ਖੋ ਜੀ ਪਈ ਜਾਂਦੀ ਆ। ਉਹੀ ਹੋ ਜਾਂਦਾ ਕਈ ਵਾਰੀ, ਚਾਹ ਚੂ ਵੱਧ ਪੀਣੀ ਹੋਊਗੀ। ਚਾਹ ਤਾਂ ਸਾਨੂੰ ਵੱਧ ਪੀਤੀ ਆ, ਚਾਹ ਤਾਂ ਮੈਂ ਇੱਕ ਵਾਰੀ ਪੀਤੀ ਆ, ਮੈਨੂੰ ਨਾ ਰਾਤ ਸੁਪਨਾ ਬਾਲਾ ਭੈੜਾ ਆਇਆ, ਮੈਂ ਤਾਂ ਤੈਨੂੰ ਤੜਕੇ ਦੱਸਣਾ ਭੁੱਲ ਗਈ। ਉਹ ਇਹੋ ਜਿਹਾ ਕਿਹੜਾ ਸੁਪਨਾ ਆਇਆ? ਮੈਨੂੰ ਨਾ ਰਾਤ ਆਪਣੀ ਅਮਨ ਰੋਂਦੀ ਦੀ ਸੀ ਜਣੋਂ ਦੀ, ਉਹਨੂੰ ਕੋਈ ਕੁੱਟੀ ਜਾਂਦਾ ਡੰਡਿਆਂ ਨਾਲ। ਲੈ
ਉਹਨੂੰ ਕੌਣ ਕੁੱਟੂ ਡੰਡਾ ਰਣਾ ਹੁਣ ਤੈਨੂੰ ਤਾਂ ਹੋਰ ਹੀ ਪੁੱਠੇ ਸਿੱਧੇ ਸੁਪਨੇ ਆਉਂਦੇ ਰਹਿਣੇ ਤੇਰੇ ਤੱਜ ਦੀ ਗੱਲ ਕਦੇ ਕੋਈ ਨਹੀਂ ਕੀਤੀ ਨਹੀਂ ਚੱਜ ਦੀ ਗੱਲ ਕਿਉਂ ਆ ਜਿਹੜਾ ਮੈਂ ਤੈਨੂੰ ਸੁਪਨਾ ਆਇਆ ਉਹ ਕਿਹੜਾ ਮੈਂ ਆਪਦੇ ਕੋਲੋਂ ਬਣਾਇਆ ਮੈਂ ਤੈਨੂੰ ਸੱਚ ਕਹਿਣੀ ਆ ਝੂਠ ਨਹੀਂ ਬੋਲਦੀ ਮੈਨੂੰ ਅੱਜ ਘਬਰਾਹਟ ਵੀ ਹੋਈ ਪਈ ਆ ਮੈਂ ਤਾਂ ਤੈਨੂੰ ਦੱਸਿਆ ਨਹੀਂ ਤੂੰ ਆਖੇਗਾ ਉਧਰੋਂ ਤਾਂ ਮੈਂ ਬਿਮਾਰ ਆ ਉੱਤੋਂ ਇਹ ਆਪ ਬਹਾਨੇ ਮਾਰਦੀ ਆ ਖਾਣੀ ਉਹ ਚੱਲ ਐ ਕਰ ਲੈ ਫਿਰ ਆ ਝਾੜੂ ਲਾ ਲਾ ਪਹਿਲਾਂ ਝਾੜੂ ਲਾ ਕੇ ਕੁੜੀ ਨੂੰ ਫੋਨ ਕਰ ਲਾ ਉਹਦੇ ਨਾਲ ਗੱਲ ਕਰ ਲਾ ਮੈਂ ਤਾਂ ਨਾ ਝਾੜੂ ਨੂੰ ਮੇਰਾ ਜੀ ਨਹੀਂ ਕਰਦਾ ਨਾ ਉਹਨੂੰ ਆਪੀ ਦੇਖੀ ਜਾਊਗੀ ਫੇਰ ਲਾ ਲੂੰਗੀ ਤੂੰ ਮੈਨੂੰ ਫੋਨ ਦੇ ਮਾੜਾ ਜਿਹਾ ਮੈਂ ਕੁੜੀ ਨੂੰ ਤਾਂ ਆਪਣਾ ਉੱਥੇ ਪਿਆ ਉਧਰ ਚਾਰਜ ਲੱਗਿਆ ਜਾ ਚੱਕ ਲਿਆ ਬੱਜ ਕੇ ਲਾ ਲਾ ਫੋਨ ਫਿਰ ਚੱਲ ਚੱਕ ਕੇ ਲਿਉਣੀ ਆ ਸੁੱਖ ਤਾਂ ਹੈ ਕੁੜੀ ਕੋਲੇ ਉਹ ਸੁੱਖੀ ਹੋਊਗੀ ਉਹ ਹੀ ਨਾ ਮੈਂ ਬਹਿਮ ਕਰਿਆ ਕਰ ਪਹਿਲਾਂ ਫੋਨ ਤਾਂ ਲਾ ਲਾ ਪਤਾ ਤਾਂ ਕਰ ਲੈ ਵੀ ਕਿਵੇਂ ਆ ਭਾਈ ਪਹਿਲਾਂ ਹੋਰ ਗੱਲਾਂ ਸੋਚਣ ਲੱਗ ਗਈ ਪੁੱਠਾ ਚੱਲ ਠੀਕ ਹੈ ਮੈਂ ਫੋਨ ਲਿਉਣੀ ਆ ਜਾ ਲੈ ਕੇ ਆ ਫੋਨ ਚੱਕ ਕੇ ਓਏ ਇਹ ਵੀ ਕੀ ਕਰੇ ਸਾਰਾ ਦਿਨ ਬੇਫਤਰ ਅਜੀ ਬਣੀ ਰਹਿੰਦੀ ਹੈ ਕੋਈ ਆਸੇ ਪਾਸੇ ਬਗ ਜਾ ਵੀ ਕੋਈ ਗਵਾਂਢ ਦੀ ਕੁੜੀ ਕੋਲੇ ਘੰਟਾ ਲਾਇਆ ਵੀ ਇੰਨੇ ਨਾਲ ਗੱਲਾਂ ਬਾਤਾਂ ਹੋਰ ਹੋ ਜਾਂਦੀ ਸਾਰਾ ਦਿਨ ਘਰੇ ਬੈਠੀ ਰਹਿੰਦੀ ਹੈ ਉਹ ਲਿਆ ਫੋਨ ਲਿਆਈ ਫੋਨ ਲੱਤਾਂ ਵੀ ਬਾਲੀਆਂ ਦੁਖੀ ਜਾਂਦੀਆਂ ਨੇ ਪਤਾ ਨਹੀਂ ਕਾਹਤੋਂ ਜਿਵੇਂ ਕੁਛ ਬੁਰਾ ਦਿਖਾਈ ਨਹੀਂ ਦਿੰਦਾ ਹੁੰਦਾ ਬਸ ਲਾਵੇਂਗੀ ਕਿ ਮੈਂ ਲਾ ਕੇ ਦੇਵਾਂ ਬਸ ਮੈਂ ਲਾ ਲੂੰਗੀ ਆ ਦੇ ਕੁੱਤੇ ਦਿਲ ਜਾ ਲਾਇਆ ਹੋਇਆ ਇਹਦੇ ਲੈ ਪਤਾ ਨਹੀਂ ਕਾਹਤੋਂ ਫੋਨ ਤਾਂ ਜਾਈ ਜਾਂਦਾਗਾ ਤੇ ਚੱਕਦਾ ਹੀ ਨਹੀਂ ਕੋਈ ਉਹ ਕੰਮ ਧੰਦੇ ਕਰਦੀ ਹੋਊ ਕੁੜੀ ਕਿਹੜਾ ਵਿਚਾਰੀ ਵਿਹਲੀ ਬੈਠੀ ਹੋਊ ਹੁਣ ਤੜਕੇ ਤੜਕੇ ਕੰਮ ਦਾ ਟਾਈਮ ਆ ਐ ਹੁਣ ਫੋਨ ਤੇ ਤਾਂ ਨਹੀਂ ਬੈਠਾ ਰਹਿੰਦਾ ਬੰਦਾ ਸਾਰਾ ਦਿਨ ਵੀ ਫੋਨ ਤੇ ਬੈਠਾ ਰਹਿੰਦਾ ਫੋਨ ਤਾਂ ਚੱਕਿਆ ਨਹੀਂ ਚੱਲ ਮੈਂ ਦੁਬਾਰੇ ਲਾ ਕੇ ਦੇਖਦੀ ਆ ਉਹ ਚੱਲ ਫੇਰ ਲਾਣੀ ਨਹੀਂ ਅੱਧਾ ਘੰਟਾ ਠਹਿਰ ਕੇ ਰੋਟੀ ਟੁੱਕ ਦਾ ਕੰਮ ਕਰ ਲੈਣ ਦੇ ਅਗਲੇ ਉਸ ਤੋਂ ਬਾਅਦ ਬਿੱਲੇ ਹੋ ਗਏ 10 11 11 ਵਜੇ ਪਹਿਲਾਂ ਹੁੰਦਾ ਉਹ ਨਹੀਂ ਚੱਕਦੇ ਫੋਨ ਕੀ ਗੱਲ ਹੋਈ ਆਪਾਂ ਜਾ ਕੇ ਨਾ ਆਈਏ ਓਏ ਨਹੀਂ ਨਹੀਂ ਕੋਈ ਗੱਲ ਨਹੀਂ ਫੋਨ ਚੱਕ ਲਓ ਕਈ ਵਾਰੀ ਬੰਦਾ ਕੰਮ ਧੰਦੇ ਚ ਹੁੰਦਾ ਫੇਰ ਕੀ ਹੋ ਗਿਆ ਫੇਰ ਲਾ ਲਾਂਗੇ ਘੰਟੇ ਨੂੰ ਫੋਨ ਐ ਥੋੜੀ ਵੀ ਫੋਨ ਨਹੀਂ ਚੱਕਿਆ ਉਹ ਵੀ ਕੋਈ ਗੱਲ ਹੋ ਗਈ ਪਤਾ ਨਹੀਂ ਕਾਤੋਂ ਮੈਂ ਤਾਂ ਆਏ ਹੋਈ ਜਾਂਦਾ ਇੱਕ ਤਾਂ ਰਾਤ ਸੁਪਨਾ ਆ ਗਿਆ ਉਤੋਂ ਦਿਲ ਘਬਰਾਈ ਜਾਂਦਾ ਵੀ ਉਤੋਂ ਕੁੜੀ ਫੋਨ ਨਹੀਂ ਚੱਕਦੀ ਗੱਲ ਕੀ ਹੋ ਗਈ ਕਿਹਨੂੰ ਪੁੱਛਾਂ ਉਹ ਕੋਈ ਨਹੀਂ ਅੱਜ ਨੂੰ ਮਿਸ ਕਰਨਾ ਦੇਖ ਕੇ ਆਪੇ ਲਾ ਲੂਗੀ ਐਵੇਂ ਟੈਨਸ਼ਨ ਨਾ ਲੈ ਜੀ ਤੂੰ ਕੰਮ ਧੰਦਾ ਕਰ ਨਵੇੜ ਸਦੇਹਾਂ ਟਾਈਮ ਨਾਲ ਆਉਂਦਾ ਜਿਹੜੇ ਪਸ਼ੂਆਂ ਪਸ਼ੂਆਂ ਨਾਲ ਨਵੇੜ ਕੇ ਅੱਗੇ ਪਰੇ ਚੱਲ ਦੇਖਨੀ ਆ ਫਿਰ ਹਾਂ ਜਾ ਲਾ ਦੇ ਝਾੜੂ ਮੈਂ ਵੀ ਆ ਜਾ ਉਧਰ ਦੇਖਦਾ ਇਹਨੇ ਕੋ ਤਰਦਾ ਨੀਰਾ ਨੂਰਾ ਫਿਰ ਪਾਉਣੇ ਉਹ ਤੂੰ ਨਾ ਪੰਗੇ ਲੈ ਨੀਰੇ ਨੂਰੇ ਦੇ ਮੈਂ ਇੱਥੋਂ ਨਹੀਂ ਚੱਕ ਕੇ ਜਾਈਦਾ ਮੇਰੇ ਤਾਂ ਨਾ ਪੂਰੀ ਟੈਨਸ਼ਨਾਂ ਨਹੀਂ ਲੋਟ ਆਉਣੀਆਂ ਇੱਕ ਤੂੰ ਰਹਿਣਾ ਵੀ ਜਦੋਂ ਤੇਰੇ ਤੋਂ ਕੰਮ ਨਹੀਂ ਹੁੰਦਾ ਤੂੰ ਕਿਉਂ ਫਾਨੇ ਲੈਣਾ ਉਹ ਫਿਰ ਕੰਮ ਤਾਂ ਹੁਣ ਕਰਨੇ ਪਊਗਾ ਕੌਣ ਪਾਊਗਾ ਰੋਟੀ ਮੂੰਹ 'ਚ ਕੰਮ ਤੋਂ ਬਣਾਣੀ ਪੈਂਦੀ ਦੇ ਰੋਟੀ ਆਪੀ ਪੈ ਜੂਗੀ ਮੂੰਹ 'ਚ ਰੋਟੀ ਤਾਂ ਮਿਲੀ ਜਾਊਗੀ ਦੋ ਟਾਈਮ ਦੀ ਘੱਟ ਕਰ ਲੈ ਦੱਸ ਕੀ ਇੱਥੇ ਮੁੰਡੇ ਵਿਆਹਣੇ ਨੇਗੇ ਤਾਂ ਉਹ ਬੇਲੇ ਬੈਠਣਾ ਨੂੰ ਰੋਟੀ ਮਿਲਦੀ ਰੋਟੀ ਵਾਸਤੇ ਨਾ ਪੂਰਾ ਕੰਮ ਕਰਨਾ ਪਊਗਾ ਆਹ ਮੇਰੀ ਗੱਲ ਸੁਣ ਰੋਟੀ ਵਾਸਤੇ ਕੰਮ ਕਰੀ ਜਾਈ ਜੇ ਪੈ ਗਿਆ ਨਾ ਤੈਨੂੰ ਸਾਹਮਣੇ ਕੌਣ ਆ ਆ ਹੁਣ ਮੇਰੀ ਉਮਰ ਬੁੜੀ ਤਾਂ ਮੈਂ ਹੋਈ ਪਈਆਂ ਰੋਗਣ ਮੈਂ ਹੋਈ ਪਈਆਂ ਤੇ ਉਹ ਕੁੜੀ ਦਾ ਕੀ ਬਣੂਗਾ ਕੌਣ ਸਿਆਣਦਾ ਕਿਸੇ ਨੇ ਨਹੀਂ ਸਿਆਣਣੀ ਉਹ ਜੇ ਕੋਈ ਗੱਲ ਨਹੀਂ ਤੂੰ ਆ ਝਾੜੂ ਲਾ ਲੈ ਝਾੜੂ ਲਾ ਕੇ ਆ ਜਾ ਮੈਂ ਚੱਲਦਾ ਹਾਂ ਆਹੋ ਮੈਂ ਤਾਂ ਲਾ ਲੂੰਗੀ ਝਾੜੂ ਤੇ ਨਾ ਤੂੰ ਮੈਨੂੰ ਟਿਕਣ ਦੇਈਂ ਤੇ ਨਾ ਤੂੰ ਆਪ ਟਿਕੀ ਕਾਹਨੂੰ ਤੂੰ ਸਮਝਦਾਂਗਾ ਉਰੇ ਆਵੇ ਮੁੰਡਿਆ ਹਾਂ ਬੇਬੇ ਕਿੱਧਰ ਗਿਆ ਸੀ ਤੜਕੀ ਤੜਕੀ ਤੋਂ ਮੈਂ ਤਾਂ ਇੱਥੇ ਹੀ ਗਿਆ ਸੀ ਮੁੰਡਿਆਂ ਕੋਲੇ ਆਪਦੇ ਯਾਰਾਂ ਮਿੱਤਰਾਂ ਕੋਲੇ ਤੜਕੀ ਮੁੰਡਿਆਂ ਕੋਲੇ ਨਿਕਲ ਜਾਇਆ ਕਰ ਕੋਈ ਕੰਮ ਧੰਦਾ ਕਰ ਲਿਆ ਕਰ ਕੰਮ ਧੰਦੇ ਨੂੰ ਕੀ ਹੈ ਪਹਿਲਾਂ ਕਿੰਨਾ ਕਰਦਾ ਹੁਣ ਵਿਹਲੇ ਹੀ ਰਹਿਣਾ ਕਿੱਦਾਂ ਦਾ ਵਿਹਲਾ ਹੀ ਫਿਰਦਾ ਰਹਿ ਨਾਲੇ ਮੈਨੂੰ ਕੰਮ ਕਰਨ ਦੀ ਕੀ ਲੋੜ ਆ ਮੇਰੇ ਕੋਲੇ ਇੱਥੇ ਜ਼ਮੀਨ ਹੈਗੀ ਉਹਦਾ ਚੰਗਾ ਠੇਕਾ ਆ ਜਾਂਦਾ ਤੇ ਕੱਲ ਨੂੰ ਲੋੜ ਪਈ ਮੈਂ ਸੌਰਾਂ ਵਾਲੀ ਜ਼ਮੀਨ ਵੇਚ ਦੂੰ ਪੈਸੇ ਟੱਕੇ ਦੀ ਲੋੜ ਪਈ ਸੌਰਾਂ ਦੀ ਜ਼ਮੀਨ ਤੈਨੂੰ ਵੇਚਣ ਦੇਊਗੀ ਉਹ ਤਾਂ ਪਤੰਦਰ ਨਹੀਂ ਤੇਰੀ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਰੋਜ਼ ਕਹਿੰਦੀ ਆ ਮੇਰੇ ਪਿਓ ਦੀ ਬਿਮਾਰੀ ਤੇ ਲੱਗੀ ਜਾਂਦੇ ਨੇ ਓਏ ਉਹਦਾ ਪਿਓ ਕਿੰਨਾ ਕੁ ਟਾਈਮ ਆ ਆ ਸਾਲ ਡੇਢ ਸਾਲ ਆ ਮਸਾ ਜਿਹੜੇ ਹਿਸਾਬ ਨਾਲ ਉਹ ਬਿਮਾਰ ਹੋ ਰਿਹਾ ਫਿਰ ਆਪਣੇ ਕੋਲ ਹੀ ਆਊ ਸਾਰੀ ਜ਼ਮੀਨ ਜ਼ਮੀਨ ਤਾਂ ਜਦੋਂ ਆਊਗੀ ਦੇਖੀ ਜਾਊ ਉਹ ਬਾਣੀਆਂ ਮੈਨੂੰ ਉੱਥੇ ਟੱਕਰਿਆ ਸੀ ਰਾਹ 'ਚ ਗੁਰਦੁਆਰੇ ਗਈ ਨੂੰ ਕਿਹੜਾ ਬਾਣੀਆਂ ਸੌਦੇ ਵਾਲਾ ਉਹ ਪੈਸੇ ਮੰਗਦਾ ਪੈਸਿਆਂ ਦਾ ਇੰਤਜ਼ਾਮ ਕਰੋ ਉਹਦੇ ਨਾਲ ਲੈ ਫਿਰ ਤੂੰ ਦੇ ਦੇ ਪੈਸੇ ਹੁਣ ਤੈਨੂੰ ਪੜਾਏ ਤਾਂ ਹੈਗੇ ਨੇ ਠੇਕੇ ਵਾਲੇ ਤੇਰੇ ਕੋਲ ਸੀ ਸਾਰੇ ਕਿੱਧਰ ਲਾ ਕੇ ਮੈਂ ਕਹਦੇ ਮਾ ਉਹ ਤੋਂ ਮੰਗਾ ਲੈ ਉਹ ਹੁਣ ਕਿੱਥੋਂ ਲਿਆ ਦੂਗੀ ਆਪਾਂ ਨੂੰ ਠੇਕਿਆਂ ਤੋਂ ਲਿਆ ਕੇ ਦੇਊਗੀ ਕਿਤੋਂ ਮਰਜ਼ੀ ਕਿਵੇਂ ਮਰਜ਼ੀ ਲਿਆ ਕੇ ਦੇਵੇ ਤੂੰ ਬੇਬੇ ਮਿੰਟ ਲੈ ਜਮੀਨ ਕਮਲੀ ਆ ਹੁਣ ਉਹਨੂੰ ਪੇਕੇ ਭੇਜਾਂਗੇ ਕੱਲ ਤਾਂ ਕੀ ਗੱਲ ਹੋ ਕੇ ਹਟੀ ਆ ਜੁਨੇ ਜਾ ਕੇ ਕੋਈ ਭਕਾਈ ਮਾਰਤੀ ਉੱਥੇ ਫੇਰ ਐ ਕਿਵੇਂ ਮਾਰ ਦੂਗੀ ਕਹਿ ਕੇ ਭੇਜੀ ਉਹਨੂੰ ਉਹ ਤੂੰ ਬਣੀ ਬਣਾਈ ਸਾਰੀ ਵਿਗਾੜ ਲੇਗੀ ਉਹਨੇ ਜਾ ਕੇ ਦੱਸਤਾ ਜੀ ਉਹਨਾਂ ਨੇ ਨਾ ਤੋਰੀ ਮੁੜ ਕੇ ਕਿਹੜੀ ਜ਼ਮੀਨ ਸਾਰਾ ਕੁਝ ਉੱਥੇ ਰਹਿ ਜੂ
और उत्थे वह बिठा के रखे कि सिर ते बिठाएंगे। तू तो होर ही ना कोई स्यापा छेड़ दी। मैं कोई स्यापा नहीं छेड़ दी, पैसे का इंतजाम करवाओ तू। मैं इतों नहीं रोज उन्होंने टोक चली जाती बाणिया की। फिर बेबे किसी हिसाब न कह देने किसी हिसाब न मर्जी कह, मैं तो पता नहीं है, पैसे मंगा। चल मैं पैसे का हल तो करवा, ठीक है गल कर तू भी साथ दी मेरा। कोई नहीं, मैं भी तेरे नाल तो केरा पुछ के देखो फिर देखा की कहती है वो। बेबे मैं गल तो कर लेना पैसे की, गल कर जे ना मनी हो फिर की करांगे। मैं ना किवें मनी, तू तो उही बिजू का बिजू रह गया। तेन मैं दस दी स्कीम। स्कीम बेबे? हाँ ओनू तू ऐ कह वे जिहड़ी साडे नाल लगदी जमीन है ना, हाँ वो बेचदे ने। अच्छा भी असी तो वह लेनी है मुल, इस बहाने पैसे मंगाओ तू। ऐ तो मन जू है ना। हाँ फिर ऐ तो परोला भी पा सकते हैं भी आप तो जमीन ही लैने, आप कोई करते हैं असी कह खाने ने। हाँ जमीन की जमीन बनावे। चल फिर अ लाने स्कीम, तू ओनू पुछ के देख के रख, फिर मैं देख दी। मेरी गल सुन, मैं करदा एक बारी गल, जे ना मनी फिर आपां दोनों कहांगे। कोई नहीं फिर मैं आप ही करूंगा आपके हिसाब नाल गल, तू केड़ा एक बारी कला पुछ। चल मैं करदा गल उहदे नाल। आहो मनूगी कि मैं नहीं, उहदी कि मां दे सारे है, मारी जांदा है पकाई। अमन किवें हुण तूं ठीक है? हां जी हुण तां मैं ठीक है। ते दवाई दवुई लै ली सी? दवाई ते मैं लै ली सी। नाले तू आराम कर ले, हुण धुप्पे क्यों फिरदी आ? आ बस थोड़ा जिहा कम सी ओह करके आई आ मैं। कोई ना धर दे बाल्टी इत्थे आ जा, गल करनी आ मैं तेरे नाल। चलो मैं आउणी आ, बाल्टी रख्या वा। आया हुणी चंगा? आ गई। हां जी दसो। दसना ਤਾਂ ਕੀ ਆ, ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਤੂੰ ਹੁਣ ਆਪਦੇ ਪਿੰਡ ਜਾ ਆਉਂਦੀ, ਚੜ ਮਿਲ ਆਉਂਦੀ ਜਾ ਕੇ। ਪਿੰਡ ਤਾਂ ਮੈਂ ਮਿਲ ਆਉਣੀ ਆ, ਨਾਲੇ ਬੇਬੇ ਦਾ ਫੋਨ ਆਇਆ ਸੀ ਤੁਹਾਡੇ ਕੋਲੇ। ਉਹ ਕੱਲ ਆਈ ਤਾਂ ਗਿਆ, ਮੈਂ ਇੱਥੇ ਚੱਕਿਆ ਨਹੀਂ ਗਿਆ ਹੈਗਾ। ਤੇ ਮੈਨੂੰ ਤਾਂ ਦੱਸ ਦਿੰਦੇ, ਬੇਬੇ ਵਿਚਾਰੀ ਸੋਚਦੀ ਹੋ ਪਤਾ ਨਹੀਂ ਕਿਉਂ ਨਹੀਂ ਫੋਨ ਕੀਤਾ, ਨਾ ਚੱਕਦੇ ਹੈਗੇ। ਬਸ ਮੈਂ ਸ਼ਾਮ ਨੂੰ ਭੁੱਲ ਗਿਆ ਆ ਕੇ, ਤੇ ਮੈਂ ਤੈਨੂੰ ਐਂ ਕਹਿੰਦਾ ਸੀਗਾ। ਮਾੜੀ ਜੀ ਮੇਰੀ ਬੇਬੇ ਨਾਲ ਗੱਲ ਕਰਾ ਦਿੰਦੇ। ਗੱਲ ਤਾਂ ਮੈਂ ਕਰਾ ਦੂੰ, ਮੇਰੀ ਗੱਲ ਤਾਂ ਸੁਣ ਲਾ। ਮੈਂ ਤੈਨੂੰ ਐਂ ਕਹਿੰਦਾ ਸੀ ਵੀ ਆਪਾਂ ਨੂੰ ਥੋੜੇ ਜਿਹੇ ਪੈਸਿਆਂ ਦੀ ਲੋੜ ਆ। ਪੈਸਿਆਂ ਦੀ ਲੋੜ ਆ? ਆਪਣੇ ਨਾ ਗਵਾਂਢੀ ਅੱਧਾ ਕਿੱਲਾ ਵੇਚਦੇ ਨੇ। ਅੱਛਾ ਹੁਣ ਮੈਂ ਸੋਚਿਆ ਸੀਗਾ ਵੀ ਚੱਲ ਹੁਣ ਨਾਲ ਲੱਗਦੀ ਆ ਆਪਣੇ, ਹਨਾ ਵੀ ਅੱਧਾ ਕਿੱਲਾ ਉਹ ਆਪਾਂ ਲੈ ਲਈਏ। ਲੈ ਲਓ ਫਿਰ। ਲੈ ਤਾਂ ਲਈਏ, ਮੈਂ ਕਹਿੰਦਾ ਸੀਗਾ ਵੀ ਚੱਲ ਹੁਣ ਜਿਹੜੀ ਉੱਥੇ ਜ਼ਮੀਨ ਆ ਹਨਾ, ਹਾਂ ਵੀ ਉਹ ਹੈ ਤਾਂ ਆਪਣੀ। ਹਾਂ ਹੈ ਤਾਂ ਆਪਣੀ। ਜੇ ਆਪਾਂ ਐਂ ਕਰੀਏ, ਜੇ ਤਾਂ ਬੇਬੇ ਬਾਪੂ ਨੂੰ ਪੁੱਛ ਲਈ ਜਾ ਕੇ, ਜੇ ਤਾਂ ਊ ਪੈਸੇ ਹੋਏ ਉਹਨਾਂ ਕੋਲੇ, ਠੀਕ ਆ ਫਿਰ ਤਾਂ ਊ ਪੈਸੇ ਲੈ। ਨਾ ਜੀ ਇੰਨੇ ਕੁ ਤਾਂ ਆਪਣੇ ਕੋਲ ਪੈਸੇ ਹੋਣਗੇ ਵੀ ਆਪਾਂ ਅੱਧਾ ਕੁ ਕਿੱਲਾ ਤਾਂ ਲਈ ਸਕਦੇ ਹਾਂਗੇ। ਉਹ ਇੰਨੇ ਘੱਟਦੇ ਨੇ, 4 ਲੱਖ ਰੁਪਇਆ ਘਟੀ ਜਾਂਦਾ। ਨਾ ਜੀ ਉਹ ਤਾਂ ਫਿਰ ਬੇਬੇ ਬਾਪੂ ਮੈਨੂੰ ਭਲਾ ਕਿਵੇਂ ਦੇਣਗੇ, ਉਹਨਾਂ ਦੇ ਹੁੰਦੇ ਮੈਂ ਜ਼ਮੀਨ ਕਿਵੇਂ ਲੈ ਸਕਦੀ ਹਾਂ ਭਲਾ। ਲੈ ਉਹ ਆਪਾਂ ਤਾਂ ਇੱਥੇ ਲੈਣੀ ਆ, ਜ਼ਮੀਨ ਹੀ ਲੈਣੀ ਹੈ। ਕੋਈ ਨਾ ਫਿਰ ਉੱਥੇ ਵੀ ਤਾਂ ਪਈ ਹੈ, ਫਿਰ ਉੱਥੇ ਦੱਸ ਕੀ ਹੁੰਦਾ ਜ਼ਮੀਨ ਨੂੰ। ਓਏ ਉੱਥੇ ਤਾਂ ਪਈ ਹੈ, ਇੱਥੇ ਨਾਲ ਲੱਗਦੀ ਹੈ ਆਪਣੇ, ਇੱਥੇ ਕੋਈ ਹੋਰ ਲੈ ਲੂਗਾ ਕਿ ਮੁੜ ਕੇ ਫਿਰ ਝਾਕੀ ਜਾਵਾਂਗੇ। ਆਏ ਕਿਵੇਂ ਦੇਣਗੇ ਬੇਬੇ ਬਾਪੂ ਜ਼ਮੀਨ ਭਲਾ, ਤੁਸੀਂ ਆਪ ਹੀ ਸੋਚ ਕੇ ਦੇਖੋ। ਨਾ ਨਾ ਮੈਂ ਭਲਾ ਉਹਨਾਂ ਦੇ ਜਿਉਂਦੇ ਜੀ ਕਿਵੇਂ ਜ਼ਮੀਨ ਮੰਗ ਲੂੰਗੀ, ਮੈਂ ਨਹੀਂ ਉਹਨਾਂ ਦਾ ਗਲਾ ਘੁੱਟ ਸਕਦੀ। ਲੈ ਗਲਾ ਘੁੱਟਣ ਨੂੰ ਕਿਹਨੇ ਕਿਹਾ, ਫਿਰ ਐਂ ਕਰ ਲੈ ਪੈਸੇ ਮੰਗ ਲੈ ਉਹਨਾਂ ਤੋਂ, 4 ਲੱਖ ਰੁਪਇਆ 4 ਲੱਖ ਦਾ ਹੱਲ ਕਰਕੇ ਦੇ ਦੇਣਗੇ। ਪੈਸੇ ਨਾ ਸਾਨੂੰ ਇਹ ਤਾਂ ਪਤਾ ਹੈ ਵੀ ਮੇਰਾ ਪਿਓ ਤਾਂ ਵਿਚਾਰਾ ਬਿਮਾਰ ਰਹਿੰਦਾ ਗਾ, ਉਹਦੀ ਬਿਮਾਰੀ ਤੇ ਕਿੰਨਾ ਪੈਸਾ ਖਰਚ ਹੋਈ ਜਾਂਦਾ, ਕਮਾਉਣ ਵਾਲਾ ਉਹਨਾਂ ਦੇ ਕੋਈ ਹੈ ਨਹੀਂ, ਮੈਂ ਭਲਾ ਇਹ ਸਾਰਾ ਕੁਝ ਕਿਵੇਂ ਕਰ ਸਕਦੀ ਆ? ਕਰ ਸਕਦੀ ਆ, ਕਰਨ ਨੂੰ ਸਾਰਾ ਕੁਝ ਹੋ ਜਾਂਦਾ ਜੇ ਕਰਨਾ ਹੋਵੇ। ਨਾ ਨਾ ਮੈਥੋਂ ਤਾਂ ਇਹ ਕੁਝ ਹੁੰਦਾ ਨਹੀਂ, ਜੇ ਤੁਹਾਡੇ ਚ ਦਮ ਹੈਗਾ ਨਾ ਤੁਸੀਂ ਆਪਦੇ ਦਮ ਤੇ ਲੈ ਲਓ ਜੇ ਜ਼ਮੀਨ ਲੈਣੀ ਹੈ। ਤੂੰ ਨਾ ਮੰਨੀ ਕਿਸੇ ਦੀ। ਲੈ ਬੜਾ ਪੰਗਾ ਹੋਇਆ ਯਾਰ,
ਇਹ ਤਾਂ ਹੁਣ ਜਵਾਬ ਦੇਈ ਜਾਂਦੀ ਹੈ, ਐਂ ਤਾਂ ਨਹੀਂ ਲੋਟ ਆਉਂਦਾ ਬੇਬੇ ਨਾਲ ਕਰਨੀ ਪਊ ਗੱਲ, ਪੈਸਿਆਂ ਦਾ ਹੋਰ ਕਿੱਥੋਂ ਹੱਲ ਹੋਊਗਾ, ਹੁਣ ਤਾਂ ਇਕੱਲਾ ਇਹੀ ਹੱਲ। ਬੇਬੇ ਜਿਹੜੀ ਗੱਲ ਨਹੀਂ ਹੋਣੀ ਸੀ ਉਹ ਹੋ ਗਈ। ਕਿਉਂ ਕੀ ਹੋ ਗਿਆ ਹੁਣ? ਉਹ ਤਾਂ ਮੰਨੀ ਨੀ ਪੈਸਿਆਂ ਨੂੰ, ਕੀ ਕਹਿੰਦੀ ਮੈਂ ਨੀ ਲੈ ਕੇ ਆਉਂਦੀ, ਨਜ਼ਮੀਨ ਨਾ ਲੈ ਆਵਾਂ ਪੈਸੇ। ਕਿਉਂ ਆਏ ਕਿਵੇਂ ਨੀ ਲੈ ਕੇ ਆਉਂਦੀ? ਉਹ ਕੀ ਪਤਾ ਬਥੇਰਾ ਸਮਝਾ ਕੇ ਦੇਖਿਆ, ਚੱਲ ਮੈਂ ਪੁੱਛਦੀ ਆ। ਚੱਲ ਬੇਬੇ ਤੈਨੂੰ ਮੈਂ ਪਹਿਲੀ ਕਿਹਾ ਸੀ ਵੀ ਤੂੰ ਗੱਲ ਕਰਨੀ ਸਮਾਰ ਕੇ, ਇਧਰ ਹੀ ਹੋਊਗੀ। ਮਾਰ ਬੋਲ ਉਹਨੂੰ ਕਿੱਥੇ ਆ ਗਈ। ਆਵਣਾ ਆਵਣਾ। ਉਰੇ ਆ ਬੇਬੇ ਬੁਲਾਉਂਦੀ ਆ। ਨਾ ਇਹਨੇ ਤੈਨੂੰ ਗਲਤ ਕੀ ਕਹਿਤਾ, ਤੂੰ ਇਹਨੂੰ ਜਰਕਦੇ ਨੇ ਜਵਾਬ ਦੇਤਾ ਪੈਸਿਆਂ ਨੂੰ। ਬੇਬੇ ਮੈਂ ਪੈਸੇ ਕਿੱਥੋਂ ਲਿਆਵਾਂ ਹੁਣ, ਸਾਨੂੰ ਪਤਾ ਨੀ ਘਰੇ ਤਾਂ ਸਾਡੇ ਬਿਮਾਰੀ ਨੀ ਨਿਕਲਦੀ ਹੈਗੀ। ਨਾ ਉਹ ਕਿਹੜਾ ਅੱਜ ਦਾ ਬਿਮਾਰ ਹੈਗਾ, ਤੁਹਾਡੇ ਤਾਂ ਸਾਰੀ ਉਮਰ ਦੀ ਖੁਦ ਤਾਂ ਖਾਨਦਾਨੀ ਬਿਮਾਰੀ ਹੈ, ਸਾਰੇ ਹੁੰਦੀ ਹੈਗੀ। ਨਾਲੇ ਜਿਹੜੀ ਤੁਸੀਂ ਪੈਸਿਆਂ ਦੀ ਗੱਲ ਕਰਦੇ ਹੋ ਨਾ ਬੇਬੇ, ਮੈਂ ਨੀ ਉਹ ਲਿਆ ਸਕਦੀ। ਲੈ ਲਿਆਉਣ ਨੂੰ ਕੀ ਹੋਇਆ ਤੈਨੂੰ, ਪੈਸੇ ਜ਼ਮੀਨ ਵਾਸਤੇ ਕਿਸੇ ਨੇ, ਆਪਾਂ ਉੱਥੋਂ ਵੇਚ ਕੇ ਇੱਥੇ ਲੈਣੀ ਹੈ, ਅਸੀਂ ਕੋਈ ਖਾਣ ਲੱਗੇ ਹਾਂ। ਨਾਲੇ ਮੇਰੀ ਗੱਲ ਸੁਣੋ ਜੀ ਬੇਬੇ, ਇਹਨਾਂ ਨੂੰ ਪੁੱਛ ਲਓ ਜੇ ਟੂਮਾਂ ਨਹੀਂ ਵੇਚੀਆਂ ਹੈਗੀਆਂ ਤਾਂ ਉਹਨੂੰ ਛਡਵਾ ਕੇ ਥੋੜੇ ਬਹੁਤੇ ਪੈਸੇ ਹੋਰ ਪਾ ਕੇ ਨਾ ਤਾਂ ਜ਼ਮੀਨ ਲੈ ਲਓ ਤੁਸੀਂ। ਨਾ ਰੋਜ਼ ਤੂੰ ਟੂਮਾ 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 ਲਾ ਰੱਖੀ ਹੈ, ਨੀ ਟੂਮਾ ਕਿ ਮੈਂ ਇੱਕ ਤੇ ਧਰ ਕੇ ਲੈ ਜੂੰਗੀ। ਨਾ ਰੋਜ਼ ਤੂੰ ਟੂਮਾ ਟੂਮਾ ਲਾਈ ਰੱਖਦੀਆਂ ਨੀ, ਤੇ ਟੂਮਾ ਵੀ ਸਾਡੀਆਂ ਹੀ ਨੇ, ਤੇਰੀਆਂ ਟੂਮਾ ਕਿੱਥੋਂ ਆ ਗਈਆਂ ਉਹ? ਨਾ ਨਾ ਬੇਬੇ, ਤੁਹਾਡੀਆਂ ਕਿਵੇਂ ਹੋ ਗਈਆਂ ਭਲਾ, ਉਹ ਤਾਂ ਮੈਨੂੰ ਮੇਰੀ ਮਾਂ ਨੇ ਪਾਈਆਂ ਨੇ। ਨਾ ਤੇਰੀ ਮਾਂ ਨੇ ਪਾਈਆਂ, ਜੇ ਸਾਡੇ ਕੋਲ ਜ਼ਮੀਨ ਸੀ, ਜੇ ਅਸੀਂ ਤੇਰਾ ਰਿਸ਼ਤਾ ਲਿਆ ਫਿਰ ਸਾਨੂੰ ਪਾਈਆਂ ਉਹ ਟੂਮਾ। ਮੇਰੇ ਟੂਮਾ ਨਾਲ ਇੰਨੇ ਕਿੰਨੇ ਕੁ ਪੈਸੇ ਇਕੱਠੇ ਹੋ ਜਾਣਗੇ? ਮੈਂ ਪਰਵਾਹ ਨੀ ਕਰ ਸਕਦੀ ਬੇਬੇ, ਜਿਹੜੀ ਗੱਲ ਤੁਸੀਂ ਕਹਿਣੀ ਹੋਗੀ। ਜੇ ਤੂੰ ਇਹ ਨੀ ਨਾ ਕਰ ਸਕਦੀ ਤੇ ਆਪਦਾ ਜੁੱਲੀ ਬਿਸਤਰਾ ਚੱਕ ਤੇ ਜਾ ਕੇ ਉੱਥੇ ਬਹਿ ਜਾ, ਤੇ ਮੈਂ ਤਾਂ ਆਪਦੇ ਪੁੱਤ ਦਾ ਵਿਆਹ ਹੋਰ ਕਰੂੰਗੀ। ਨਾ ਨਾ ਬੇਬੇ, ਇਹ ਤੁਸੀਂ ਕਿਹੜੀ ਗੱਲ ਕਹਿ ਰਹੇ ਹੋਗੇ? ਉੱਪਰ ਜੇ ਤੈਨੂੰ ਕਹਿਦਾ ਚੰਗੇ ਕੰਮ 'ਚ ਤਾਂ ਤੂੰ ਸਾਥ ਨਹੀਂ ਦਿੰਦੀ। ਤੁਸੀਂ ਆਪ ਹੀ ਸੋਚੋ ਜੀ, ਮੇਰੇ ਪਿਓ ਤੇ ਕਿੰਨਾ ਪੈਸਾ ਲੱਗ ਗਿਆ, ਤੁਸੀਂ ਮੈਨੂੰ ਕਿਉਂ ਬਾਰ ਬਾਰ ਤੰਗ ਕਰਦੇ ਹੋ ਵੀ ਤੂੰ ਪੈਸਾ ਲੈ ਕੇ ਆ ਪੈਸਾ ਲੈ ਕੇ ਆ, ਭਲਾ ਮੈਂ ਕਿਵੇਂ ਕਹਿ ਸਕਦੀ ਉਹਨਾਂ ਨੂੰ ਸਾਰਾ ਕੁਛ? ਉਹ ਤਾਂ ਵਿਚਾਰੇ ਇਹ ਗੱਲ ਸੁਣ ਕੇ ਜਿਉਂਦੇ ਜੀ ਮਰ ਜਾਣਗੇ। ਨਹੀਂ ਜੇ ਜ਼ਮੀਨ ਬਣਦੀ ਹੈ ਉਹ ਕਿਹੜਾ ਮੈਂ ਛਾਤੀ ਤੇ ਧਰ ਕੇ ਲੈ ਜੂੰਗੀ, ਮੇਰੇ ਪੋਤੇ ਵਾਸਤੇ ਜ਼ਮੀਨ ਬਣਾਉਣੀ ਆ ਮੈਂ, ਤੇ ਤੁਹਾਡੇ ਵੀ ਜਵਾਕ ਦੀ ਹੋਊਗੀ ਉਹ। ਓਏ ਇਹਨੂੰ ਬੇਬੇ ਕਿੱਥੇ ਸਮਝੇ ਨਹੀਂ। ਮੈਂ ਤੁਹਾਡੀ ਗੱਲ ਮੰਨਦੀ ਹਾਂ ਵੀ ਜ਼ਮੀਨ ਹੈਗੀ ਹੈ, ਪਰ ਕੋਈ ਨਾ ਜਿੰਨਾ ਚਿਰ ਮੇਰੇ ਮਾਂ ਪਿਓ ਜਿਉਂਦੇ ਨੇ ਉਹਨਾਂ ਚਿਰ ਤਾਂ ਰਹਿਣ ਦੇ, ਬਾਅਦ ਚ ਤਾਂ ਮੇਰੀ ਹੈ, ਉਹ ਕਿੱਧਰ ਜਾਊਗੀ, ਮੇਰੇ ਕੋਲ ਹੀ ਰਹੂਗੀ। ਆਹੋ ਉਹਨੇ ਅਗਲਾ ਸਾਰੀ ਜ਼ਮੀਨ ਵੇਚ ਦੂ, ਨਾਲ ਲੱਗਦੀ ਫਿਰ ਝਾਕੀ ਜਾਈ ਮਾਂ ਪਿਓ ਬੰਨੀ। ਹਾਂ ਹੁਣ ਨਾਲ ਲੱਗਦੀ ਕੋਈ ਉਹ ਹੀ ਨੀ ਛੱਡਦਾ ਹੁੰਦਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਉਹ ਟੂਮਾਂ ਤੁਸੀਂ ਵੇਚੀਆਂ ਜਾਂ ਗਹਿਣੇ ਰੱਖੀਆਂ ਨੇ? ਉਹ ਯਾਰ ਸਾਡੀਆਂ ਟੂਮਾਂ ਯਾਰ, ਅਸੀਂ ਕੁਛ ਮਰਜ਼ੀ ਕਰੀਏ। ਫਿਰ ਬੇਬੇ ਮੈਂ ਇਹੀ ਗੱਲ ਕਹਿਣੀ ਆ, ਜੇ ਗਹਿਣੇ ਰੱਖੇ ਨੇ ਛਡਵਾ ਲਓ ਉਹਨੂੰ, ਆਪਾਂ ਵਿੱਚ ਹੋਰ ਪੈਸੇ ਪਾ ਕੇ ਜ਼ਮੀਨ ਲੈ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿਤਾ ਵੀ ਤੂੰ ਟੂਮਾਂ ਦਾ ਬਿਰਬਾ ਕਿਉਂ ਪਾਉਣੀ ਹੈ? ਜਿਹੜੀ ਗੱਲ ਤੈਨੂੰ ਕਰੀ ਹੈ ਨਾ, ਜੇ ਤਾਂ ਉਹ ਕਰਦੀ ਹੈ ਠੀਕ ਆ, ਨਹੀਂ ਆਪਦਾ ਚੱਕ ਸਮਾਨ ਤੇ ਆਪਦਾ ਪਿੰਡ ਵਗ ਜਾ, ਸਾਡੇ ਘਰੇ ਨਾ ਬੜੀ ਆ ਕੇ ਮੁੜ ਕੇ। ਪਿੰਡ ਤਾਂ ਮੈਂ ਵਗ ਜੂੰਗੀ ਜੀ, ਪਰ ਮੈਂ ਆਹ ਗੱਲ ਕਿਵੇਂ ਕਰੂੰਗੀ ਬੇਬੇ ਬਾਪੂ ਨਾਲ? ਜਿਵੇਂ ਮਰਜ਼ੀ ਕਰੀ, ਚਾਹੇ ਤਾਂ ਪੈਸੇ ਲੈ ਕੇ ਆਈ ਚਾਹੇ ਉੱਥੇ ਜਾ ਕੇ ਬਹਿ ਜਾ। ਓਏ ਉਹਨਾਂ ਨੂੰ ਕਿਹੜਾ ਤੂੰ ਕੋਈ ਹੋਗਾ, ਆਈ ਕਹਿਣਾ ਵੀ ਸਾਡੇ ਨਾਲ ਜ਼ਮੀਨ ਲੱਗਦੀ ਆ, ਅਸੀਂ ਉਹ ਲੈਣੀ ਵੀ ਥੋੜੀ ਪੈਸੇ ਘੱਟਦੇ ਨੇ, ਕੁਛ ਨਹੀਂ ਕਹਿੰਦੇ, ਉਹ ਗੱਲ ਕਰਕੇ ਤਾਂ ਦੇਖ। ਤੁਸੀਂ ਕਿਵੇਂ ਕਹਿਣੀ ਹੋ, ਮੈਂ ਕਿਵੇਂ ਗੱਲ ਕਰ ਲਾਂ, ਇਹ ਸਾਰੀ ਨਹੀਂ ਹੋਣੀ ਮੇਰੇ ਤੋਂ ਇਹ ਗੱਲ। ਚੱਲ ਚੰਗਾ ਯਾਰ, ਜੇ ਨਹੀਂ ਹੁੰਦਾ ਫਿਰ ਚੱਕ ਆਪਦਾ ਸਮਾਨ ਤੇ ਜਾ ਪਿੰਡ। ਖਾਣਗੇ ਵਿਚਾਰੇ ਭੁੱਖੇ ਮਰ ਜਾਣਗੇ, ਉਹੀ ਜ਼ਮੀਨ ਦੇ ਠੇਕੇ ਤੇ ਤਾਂ ਉਹਨਾਂ ਦਾ ਗੁਜ਼ਾਰਾ ਹੁੰਦਾਗਾ ਘਰ ਦਾ, ਉੱਤੋਂ ਉੱਤੋਂ ਬਿਮਾਰੀ। ਚੱਲ ਨਾਲੇ ਉਹ ਭੁੱਖੇ ਮਰਨ ਤੇ ਨਾਲੇ ਤੂੰ ਮਰ ਜਾ ਵੇ, ਚੱਕ ਕੇ ਤਾਂ ਬੈਗ ਦਾ ਤੇ ਚੱਕ ਕੱਪੜੇ ਵੀ ਛੱਡ ਕੇ ਆ। ਨਾ ਨਾ ਬੇਬੇ, ਮੈਨੂੰ ਥੋੜਾ ਟਾਈਮ ਤੁਸੀਂ ਸੋਚਣ ਦਾ ਮੌਕਾ ਦਿਓ। ਨਾ ਤੂੰ ਸੋਚਦੀ ਰਹਿ ਜੀ ਤੇ ਅਗਲਾ ਗਾਹਾਂ ਜ਼ਮੀਨ ਵੇਚ ਦੂਗਾ। ਓਏ ਰਮਣ ਸੋਚੇ ਹੀ ਆ, ਤੂੰ ਤਿਆਰ ਹੋ, ਚੱਲ ਛੇਤੀ ਤੈਨੂੰ ਛੱਡ ਕੇ ਆਵਾਂ, ਨਾਲੇ ਮੇਰੀ ਗੱਲ ਸੁਣ ਲੈ, ਮੈਂ ਨਹੀਂ ਤੇਰੇ ਨਾਲ ਘਰੇ ਜਾਂਦਾ।
मैं तेन अड्डे से तार क्यों ना जी आ गल ना करो घरे तुहानू जाना पौगा ले मेरी मां पता कितनी टेंशन च हो जाती है टेंशन च नू की है उन्हें दसी ना कहते मैं बस ते आई है चलो ठीक है जी फिर मैं पौनी है कपड़े बैग चल हो जा तैयार 5 मिनट ने तेरे को फिर मैं भी कम ते जाना किसी पासे छड़ के छेती मुड़े ले बेबे कम तो बन गया आपी कोई ना कोई गुरु गुरु लौट आंदी है हैं थोड़े खरखरे किथे लौट आंदी है यही तो है कोई ना होड़ी होड़ी अपन सारी आपदी जमीन हाथ च ले लेंगे बस ठीक है हां चल इनू हो जांदे तैयार तैयार मैं मोटरसाइकिल ते तेल पवा लिया मैं जा पवा लिया भज छेती मुड़े आई कोई ना आ गया हाँ बेबे पवा लिया तेल हो ही नहीं जामन तैयार वो तो तैयार हो ही जाती है मेरी गल सुन हाँ तू उथे पिंड चो किवें मुड़ेगा उथे तेरे लोग देखणगे पर बस ते चढ़ा के आ इहदी मां नूं भी पता लगूगा भी हाँ मेरी धी बस ते आई है गल तेरी भी सही है हाँ जो बस ते चढ़ा के मुड़े देख लिया फिर अगला कहूगा भी ओह मुड़ गया छड्ड के मुड़ गया हाँ बस चढ़ा के आना मैं बस चढ़ जी ठीक है पैसे पूसे है मेरे को चल आ जा कोई ना मैं दे दू उ आ जा चंगा अब बेसुर गया कपड़े तो बदल लेंदी ओ चल कपड़े नु की है बेबे पिंड तो जाना इन्हें आया छेती आ जा बस ना लंघ जे चल नाले मां नूं पता लगूगा नाले मेरी एक गल सुन जिहड़ियां अपने घरे पहलां गल्लां होईयां ने ना उत्थे जाके किसे गल दी भाफ नहीं कढ़नी जे मैनूं पता लग गया ना वी उत्थे गल्लां पता लग गईयां फिर तेरे नाल देखी की बणदी है ठीक है जी समझ गई हुण बारी बारी मैनूं कहना ना पवे ठीक है आ जा फिर ਲੈ ਕਿਹੜੇ ਵੇਲੇ ਦਾ ਗਿਆ ਆਈ ਨਹੀਂ ਪਤਾ ਵੀ ਮੈਂ ਘਰੇ ਆ ਜਾ ਵੀ ਤੂੰ ਕਿਤੇ ਚੱਕਰ ਆ ਕੇ ਡਿੱਗ ਗਿਆ ਤਾਂ ਮੈਂ ਕੌਣ ਲਿਆਉ ਤੈਨੂੰ ਚੱਕ ਕੇ ਅੱਜ ਕੱਲ ਤਾਂ ਕੋਈ ਨਹੀਂ ਆਖੇ ਲੱਗਦਾ ਸਾਰੇ ਸ਼ਰੀਕ ਵੀ ਬੈਰੀ ਬਣ ਜਾਂਦੇ ਨੇ ਹਏ 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 ਅਮਨ ਆਉਂਦੀ ਹੈ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪੁੱਤ ਹੋਰ ਕਿਵੇਂ ਆ ਠੀਕ ਹੈ ਬੇਬੇ ਵਧੀਆ ਤੁਸੀਂ ਠੀਕ ਹੋ ਹਾਂ ਠੀਕ ਹੈ ਬਾਪੂ ਬਾਪੂ ਕਿੱਧਰ ਵਗ ਗਿਆ ਬਾਪੂ ਤਾਂ ਇੱਥੇ ਬੈਠਾ ਕਿਤੇ ਬਾਹਰੇ ਜਾ ਕੇ ਅੱਛਾ ਨਾ ਪਹਿਲਾਂ ਮੈਨੂੰ ਤੂੰ ਆਏ ਦੱਸ ਤੂੰ ਆਈ ਕਾਤੇ ਆ ਤੇ ਜੈਬੀ ਕਿਤੇ ਦਿੰਦੇ ਹੀ ਨਹੀਂ ਬੇਬੇ ਜੈਬੀ ਨੂੰ ਨਾ ਕੰਮ ਸੀਗਾ ਜ਼ਰੂਰੀ ਤੇ ਫਿਰ ਮੈਂ ਬੱਸ ਤੇ ਆ ਗਈ ਅੱਛਾ ਹਾਂ ਤੇ ਤੀ ਨਾ ਤਾਂ ਫੋਨ ਕੀਤਾ ਤੇ ਨਾ ਮੈਂ ਫੋਨ ਕਰਿਆ ਤੇ ਚੱਕਿਆ ਤੇ ਤੇਰਾ ਫੋਨ ਕਿੱਥੇ ਆਉ ਵੀ ਨਹੀਂ ਮੈਨੂੰ ਬੇਬੇ ਮੇਰਾ ਫੋਨ ਨਾ ਪਾਣੀ ਚ ਡਿੱਗ ਪਿਆ ਮੈਥੋਂ ਉਹ ਮੈਂ ਹੀ ਬਾਲਟੀ ਪਾਣੀ ਦੀ ਭਰੀ ਪਈ ਸੀ ਉੱਤੇ ਥਾਲ ਧਰੀ ਸੀ ਥਾਲ ਤੇ ਰੱਖਤਾ ਕਿਤੇ ਟੇਢਾ ਹੋ ਕੇ ਵਿੱਚ ਹੀ ਡਿੱਗ ਗਿਆ ਅੱਛਾ ਹਾਂ ਤੇ ਪੁੱਤ ਫਿਰ ਤੂੰ ਠੀਕ ਕਰਵਾ ਲਾਂਦੀ ਉਹਨੂੰ ਤੈਨੂੰ ਪਤਾ ਹੈ ਤੇਰਾ ਬਾਪੂ ਤੇ ਮੈਂ ਤਾਂ ਪੂਰੀ ਟੈਨਸ਼ਨ ਕਰੀ ਜਾਂਦੇ ਸੀ ਵੀ ਪਤਾ ਨਹੀਂ ਕਿਉਂ ਅਮਨ ਨਾ ਤਾਂ ਫੋਨ ਚੱਕਦੀ ਆ ਤੇ ਨਾ ਕੋਈ ਹਾਲ ਚਾਲ ਪੁੱਛਦੀ ਆ ਬਸ ਫਿਰ ਫੋਨ ਲਾਇਆ ਬਾਪੂ ਦਾ ਇੱਕ ਦਿਨ ਫੋਨ ਲੱਗਿਆ ਨਹੀਂ ਹੈਗਾ ਫਿਰ ਮੈਂ ਕਿਹਾ ਚੱਲ ਮੈਂ ਜਾ ਕੇ ਮਿਲ ਆਉਣੀ ਆ ਤਾਂ ਹੀ ਮੈਂ ਆਈ ਸੀਗੀ ਅੱਛਾ ਚਲਦੀ ਏ ਤੂੰ ਠੀਕ ਤਾਂ ਹੈਗੀ ਆ ਹਾਂ ਬੇਬੇ ਮੈਂ ਤਾਂ ਠੀਕ ਹੈ ਪਰ ਮੈਨੂੰ ਪੁੱਤ ਤੇਰਾ ਐ ਆਉਣਾ ਜਾਂ ਚੰਗਾ ਨਹੀਂ ਲੱਗਿਆ ਵੀ ਤੂੰ ਹਲੇ 2 ਦਿਨ ਤਾਂ ਹੋਏ ਨੇ ਤੈਨੂੰ ਗਈ ਨੂੰ ਤੇ ਤੂੰ ਅੱਜ ਬਿਨਾ ਦੱਸੇ ਬੇਬੇ ਨਾਲ ਇੱਕ ਖੁਸ਼ਖਬਰੀ ਹੈ ਤੂੰ ਨਾਨੀ ਬਣਨ ਵਾਲੀ ਹੈ ਨੀ ਚਾਰ ਪੁੱਤ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਹੈ ਧੀਏ ਰੱਬ ਤੈਨੂੰ ਇੱਕ ਪੁੱਤ ਦੇ ਦੇ ਹਾਂ ਬੇਬੇ ਪੁੱਤ ਹੋ ਜੇ ਚਾਹੇ ਧੀ ਮੈਂ ਤਾਂ ਇਹਨਾਂ ਦੋਹਾਂ ਚ ਕਿਸੇ ਚ ਫਰਕ ਨਹੀਂ ਸਮਝਦੀ ਨਹੀਂ ਪੁੱਤ ਫਰਕ ਤਾਂ ਮੈਂ ਵੀ ਨਹੀਂ ਸਮਝਦੀ ਮੈਂ ਐਂ ਕਹਿਣੀ ਹੈ ਧੀਏ ਤੇਰੇ ਭਰਾ ਨਹੀਂ ਹੈਗਾ ਨਾ ਹਾਂ ਬੇਬੇ ਆਖਰ ਨੂੰ ਕਮੀ ਤਾਂ ਫਿਰ ਵੀ ਮਹਿਸੂਸ ਤਾਂ ਹੁੰਦੀ ਹੈ ਨਾ ਭਾਈ ਦੀ ਹਾਂ ਚੱਲ ਪੁੱਤ ਆਪਦਾ ਧਿਆਨ ਰੱਖਿਆ ਕਰ ਤੇਰੀ ਸੱਸ ਤਾਂ ਤੇਰਾ ਖਿਆਲ ਰੱਖਦੀ ਹੈ ਹਾਂ ਬੇਬੇ ਸਾਰੇ ਮੇਰਾ ਵਧੀਆ ਖਿਆਲ ਰੱਖਦੇ ਨੇ ਚੱਲ ਧੀਏ ਸ਼ੁਕਰ ਆ ਰੱਬ ਦਾ ਮੇਰੀ ਧੀ ਵਧੀਆ ਸੌਖੀ ਆ ਬੇਬੇ ਮੈਂ ਨਾ ਇੱਕ ਕੰਮ ਕਹਿੰਦੀ ਸੀ ਸੋਨੂੰ ਸਾਨੂੰ ਨਾ ਜ਼ਮੀਨ ਮਿਲਦੀ ਹੈ ਸਾਡੀ ਜ਼ਮੀਨ ਨਾਲ ਲੱਗਦੀ ਥੋੜੀ ਜੀ ਤੇ ਸਾਥੋਂ ਪੈਸੇ ਥੋੜੇ ਜਿਹੇ ਘੱਟ ਗਏ ਸਾਡੇ ਮੈਂ ਪੈਸੇ ਪੁੱਛਦੀ ਸੀ ਮਿਲ ਜਾਣਗੇ ਲੈ ਪੁੱਤ ਇਹ ਕਿਹੜੀ ਗੱਲ ਕਰਦੀ ਹੈ ਧੀਏ ਸਾਰਾ ਕੁਛ ਤੇਰਾ ਹੀ ਆ ਪੈਸੇ ਤੈਨੂੰ ਮਿਲਣਗੇ ਕਿਉਂ ਨਹੀਂ ਪੁੱਤ ਮੈਂ ਤੈਨੂੰ ਪੈਸੇ ਦੇਉਂਗੀ ਚਾਹੇ ਮੈਨੂੰ ਕਿਸ ਤੋਂ ਵਿਆਜ ਤੇ ਚੱਕ ਕੇ ਦੇਣੇ ਪੈਣ ਨਾ ਬੇਬੇ ਵਿਆਜ ਤੇ ਕਾਹਨੂੰ ਮੰਗਣੇ ਨੇ ਆਪਾਂ ਚੱਲ ਥੋੜੇ ਬਹੁਤੇ ਦੇ ਦੀ ਜਿੰਨੇ ਕੁ ਹੋਏ ਚੱਲ ਪੁੱਤ ਅਸੀਂ ਕਿਹਨੂੰ ਦੇਣਾ ਚੱਲ ਔਖੇ ਸੌਖੇ ਧੀਏ ਤੇਰਾ ਡੰਗ ਤਾਂ ਸਾਰਾਂਗੇ ਹੋਰ ਸਾਡੇ ਕੋਲੇ ਕੌਣ ਹੈ ਭਲਾ ਤੂੰ ਹੀ ਤਾਂ ਹੈਗੀ ਆ ਇੱਕ ਹਾਂ ਬੇਬੇ ਚੱਲ ਉਹ ਐਂ ਸੋਚਣ ਲੱਗ ਗਏ ਨਾ ਜੈਬੀ ਹੋਰੇ ਵੀ ਨਾਲ ਜ਼ਮੀਨ ਹੈ ਜਿਹੜੀ ਆਪਾਂ ਲੈ ਲੈਣੇ ਫਿਰ ਜੇ ਵਿਕ ਗਈ ਹੱਥੋਂ ਫਿਰ ਨਿਕਲ ਜੂਗੀ ਹਾਂ ਪੁੱਤ
ਉਹਨਾਂ ਦੀ ਗੱਲ ਵੀ ਸਹੀ ਹੈ। ਚੱਲ ਬਾਕੀ ਆਏ ਆ ਪੁੱਤ ਘਰੇ ਤਾਂ ਹੁਣ ਕਿੱਥੋਂ ਨੇ ਆਪਣੇ, ਤੈਨੂੰ ਵੀ ਪਤਾ ਘਰ ਦੀ ਕਬੀਲਦਾਰੀ। ਹਾਂ ਬੇਬੇ ਮੈਨੂੰ ਸਭ ਸਮਝਦੀ ਆ ਵੀ ਬਾਪੂ ਤੇ ਲੱਗੀ ਜਾਂਦੇ ਨੇ ਪੈਸੇ ਤਾਂ ਸਾਰੇ। ਪੁੱਤ ਪੈਸੇ ਤਾਂ ਤੈਨੂੰ ਕਿਤੋਂ ਫੜ ਕੇ ਦੇਣੇ ਪੈਣਗੇ, ਫੜਨੇ ਪੈਣਗੇ ਬੇਬੇ। ਚੱਲ ਇਹ ਗੱਲਾਂ ਤਾਂ ਆਪਾਂ ਤੇਰੇ ਬਾਪੂ ਆਏ ਤੋਂ ਫੇਰ ਵੀ ਕਰਾਂਗੇ। ਚੱਲ ਕੰਮ ਤਾਂ ਤੇਰਾ ਹੋ ਹੀ ਜਾਊ ਜਦੋਂ ਤੇਰੀ ਮਾਂ ਨੇ ਕਹਿਤਾ, ਤੇ ਆ ਜਾ ਤੂੰ ਹੁਣ ਚਾਹ ਪਾਣੀ ਪੀ ਲਾ। ਆ ਜਾ ਬੇਬੇ ਪੱਖੇ ਨਾਲੇ ਆ ਜਾ ਪੁੱਤ। ਘਬਰਾਹਟ ਜੀ ਹੁੰਦੀ ਹੈ, ਹੋਰ ਗਰਮੀ ਵਾਲੀ ਆ, ਤੂੰ ਅੰਦਰ ਹੀ ਬਹਿ ਜਾਂਦੀ ਬੇਬੇ, ਬਾਹਰ ਕੱਤ ਬੈਠੀ ਸੀ। ਮੈਨੂੰ ਇਹ ਲੱਗਦਾ ਵੀ ਅੱਗੇ ਤੂੰ ਨਾ ਕਦੇ ਬੱਸ ਤੇ ਨਹੀਂ ਆਈ ਸੀ, ਤੈਨੂੰ ਲੈ ਕੇ ਆਉਂਦੇ ਸੀ। ਆ ਜਾ ਆ ਜਾ ਧੀਏ, ਮੈਂ ਪਾਣੀ ਲੈ ਕੇ ਆਉਣੀ ਆ, ਤੂੰ ਬੈਠ। ਲਿਆ ਬੇਬੇ। ਆ ਲੈ ਪੁੱਤ ਪਾਣੀ ਪੀ। ਹਾਏ ਹਾਏ ਧੀਏ ਐਡੀ ਦੂਰੋਂ ਕਿਵੇਂ ਆਈ ਤੂੰ ਤੁਰ ਕੇ? ਬਸ ਬੇਬੇ ਮਸਾਂ ਆਈ ਆ ਤੁਰ ਕੇ। ਕੁੜੇ ਉਹ ਵੀ ਇਹ ਹਾਲ ਚ ਨਾ ਮਾੜਾ ਮੋਟਾ ਤਾਂ ਉਹਨਾਂ ਨੂੰ ਸੰਗ ਚਾਹੀਦੀ ਆ ਵੀ ਚੱਲ ਜੇ ਘੰਟਾ ਆ ਜਾਂਦੇ ਫਿਰ ਕੀ ਹੁੰਦਾ ਸੀਗਾ ਨਾਲ ਤੇਰੇ। ਬੇਬੇ ਦੱਸੀ ਤੇ ਜਾਂਦੇ ਆ, ਆ ਤਾਂ ਜਾਂਦਾ ਜੈਬੀ ਨੂੰ ਬਾਹਲਾ ਜ਼ਰੂਰੀ ਕੰਮ ਹੋ ਗਿਆ ਸੀ। ਨਹੀਂ ਤਾਂ ਮੈਂ ਜੈਬੀ ਆ ਜਾਂਦਾ ਤੂੰ ਨਾ ਆਉਂਦੀ, ਜਾ ਪੁੱਤ ਮੈਨੂੰ ਫੋਨ ਕਰ ਦਾਂਦੇ। ਫਿਰ ਉਹ ਕੱਲਾ ਕਿਵੇਂ ਕਹਿੰਦਾ ਮੈਨੂੰ ਸੰਗ ਲੱਗਦੇ ਆ ਪੈਸੇ ਮੰਗਦੇ ਨੂੰ, ਉਹ ਸੰਗਦਾ ਤੁਹਾਨੂੰ ਪਤਾ ਤਾਂ ਹੈਗਾ। ਚੱਲ ਧੀਏ ਇਹ ਵੀ ਗੱਲ ਹੈਗੀ ਆ, ਤੈਨੂੰ ਪਤਾ ਭਾਈ ਤੇਰੇ ਪਿਓ ਦੀ ਲੰਮੀ ਬਿਮਾਰੀ ਆ, ਸਾਰਾ ਘਰ ਉਹਤੇ ਲੱਗ ਗਿਆ ਧੀਏ। ਹੋਰ ਬੇਬੇ ਕੀ ਕਰੀਏ ਫਿਰ ਹੁਣ? ਨਾਲੇ ਹਾਲੇ ਅਗਲਾ ਐ ਕਹਿ ਦਿੰਦਾ ਕੁੜੀ ਇਹਨਾਂ ਨੇ ਵਿਆਹਤੀ ਵੀ ਇਹਨਾਂ ਦਾ ਕਾਹਦਾ ਖਰਚਾ। ਦਾਦਾ ਉਹ ਚੱਲ ਗਏ, ਟਾਈਮ ਹੀ ਲੱਗ ਗਿਆ ਇੱਥੇ ਬੈਠਿਆਂ ਬੁੱਠਿਆਂ ਨੂੰ, ਜਾ ਕੇ ਕਰੀਏ ਕੰਮ ਧੰਦੇ। ਕਿਸੇ ਨੂੰ ਕੀ ਪਤਾ ਪੁੱਤ, ਤੇਰੇ ਪਿਓ ਦੀ ਦਵਾਈ ਮਹੀਨੇ ਦੀ 10,000 ਦੀ ਆ ਚੰਡੀਗੜ੍ਹ, ਉਹ ਵੀ ਉਹ ਜਿਹੜਾ PGI ਹਸਪਤਾਲ ਆ ਉਹ ਚੋਂ। ਸਹੀ ਗੱਲ ਆ ਬੇਬੇ, ਲੋਕਾਂ ਨੂੰ ਤਾਂ ਹੀ ਆ ਵੀ ਬਸ ਜ਼ਮੀਨ ਆਉਂਦੀ ਹੈ ਇੰਨਾ ਠੇਕਾ ਆ ਜਾਂਦਾ, ਐਂ ਪਤਾ ਨਹੀਂ ਵੀ ਸਾਰਾ ਠੇਕਾ ਤਾਂ ਉੱਧਰ ਵਗ ਜਾਂਦਾ, ਸਾਰਾ ਬਿਮਾਰੀ ਤੇ ਲੱਗ ਜਾਂਦਾ। ਹੁਣ ਤੂੰ ਆ ਧੀਏ ਤੋਰਤੀ ਆਪਦੇ ਘਰੇ ਬਾਗੀ ਹਨਾ, ਚੱਲ ਜੇ ਪੁੱਤ ਹੁੰਦਾ ਉਹਦੀ ਕਮਾਈ ਕਰਦਾ ਸਾਨੂੰ ਕੋਈ ਸਹਾਰਾ ਹੁੰਦਾ, ਸਹਾਰਾ ਹੁੰਦਾ। ਹੁਣ ਪੁੱਤ ਉਹੀ ਠੇਕਾ ਜ਼ਮੀਨ ਦਾ, ਚਾਹੇ ਇੱਧਰ ਕਰ ਲਾ ਚਾਹੇ ਉੱਧਰ ਕਰ ਲਾ। ਬੇਬੇ ਮੇਰਾ ਵੀ ਬਸ ਜੀ ਨਹੀਂ ਕਰਦਾ ਸੀ ਤੁਹਾਨੂੰ ਸਵਾਲ ਪਾਉਣ ਨੂੰ, ਬਸ ਆਹੀ ਮਜਬੂਰੀ ਹੋ ਗਈ ਕਿ ਸਾਨੂੰ ਉੱਧਰ ਜ਼ਮੀਨ ਲੈਣੀ ਪਊਗੀ। ਚੱਲ ਕੋਈ ਨਾ ਧੀਏ ਕੋਈ ਗੱਲ ਨਹੀਂ, ਬਾਪੂ ਨੂੰ ਬੁਲਾ ਲੈਂਦੇ। ਬੇਬੇ ਆਉਂਦਾ ਹੀ ਹੋਊਗਾ ਪੁੱਤ ਤੇਰਾ ਬਾਪੂ ਤਾਂ, ਵਾਲੇ ਟਾਈਮ ਲਾਤਾ ਉਹ ਆਉਂਦਾ ਵਾ, ਉਹ ਪਤਾ ਨਹੀਂ ਕੀ ਕਰੀ ਜਾਂਦਾ, ਹੱਥ ਮੂੰਹ ਤੋਂ ਹੀ ਆਉਂਦਾ ਬਾਪੂ। ਚੱਲ ਜਾਂਦੇ ਚੱਲ। ਹੋਰ ਧੀਏ ਕੀ ਕਰੀਏ, ਬਸ ਆਹੀ ਬੇੜਾ ਪੂਰਾ। ਚੱਲ ਕੋਈ ਨਾ ਬੇਬੇ ਤੂੰ ਟੈਨਸ਼ਨ ਨਾ ਲਿਆ ਕਰ ਕਿਸੇ ਵੀ ਗੱਲ ਦੀ, ਮੈਂ ਤਾਂ ਸੌਖੀ ਆ ਨਾ ਆਪਦੇ ਘਰੇ, ਮੈਂ ਤਾਂ ਨਾਲੇ ਆਈ ਕਹਿਣੀ ਹੈ ਵੀ ਮੇਰੀ ਅਮੜੀ ਦਾ ਵਿਹੜਾ ਸਦਾ ਹੱਸਦਾ ਵਸਦਾ ਰਹੇ। ਹਾਂ ਪੁੱਤ ਧੀਆਂ ਤਾਂ ਨਾ ਉੱਠਦੀਆਂ ਵੀ ਪੈਂਦੀਆਂ ਵੀ ਸਾਰਾ ਦਿਨ ਪੇਕਿਆਂ ਦੀ ਸੁੱਖ ਮੰਗਦੀਆਂ ਨੇ। ਚੱਲ ਆ ਗਿਆ ਬਾਪੂ ਵੀ। ਲੈ ਭਾਈ ਸਤਿ ਸ੍ਰੀ ਅਕਾਲ ਬਾਪੂ। ਸਤਿ ਸ੍ਰੀ ਅਕਾਲ ਪੁੱਤ, ਤੁਸੀਂ ਕਿਵੇਂ ਆਏ ਕਿਵੇਂ ਆਏਗੀ, ਤੂੰ ਕੱਲੀ ਆ ਗਈ? ਬਾਪੂ ਅੱਜ ਮੈਂ ਬੱਸ ਤੇ ਆ ਗਈ, ਆ ਕੁਰਸੀ ਲੈ ਲਓ। ਆ ਕੁਰਸੀ ਲੈਣਾ ਪੁੱਤ ਮੈਂ। ਕਦੋਂ ਮਰਜ਼ੀ ਆਵੇ ਕਦੋਂ ਮਰਜ਼ੀ ਜਾਵੇ। ਬਸ ਬਾਪੂ ਮੇਰੀ ਗੱਲ ਨੀ ਹੋਈ, ਹੁਣ ਹਫਤਾ ਹੋ ਗਿਆ ਫੋਨ ਤੇ, ਫਿਰ ਮੇਰਾ ਜੀ ਕਰਿਆ ਚੱਲ ਮਿਲਿਆ ਵਾ, ਮੇਰਾ ਫੋਨ ਖਰਾਬ ਹੋ ਗਿਆ। ਧੀਏ ਮੈਂ ਤਾਂ ਤੇਰੇ ਬਾਪੂ ਨੂੰ ਦੱਸਿਆ, ਮੈਨੂੰ ਤਾਂ ਇੱਕ ਦਿਨ ਤੇਰਾ ਸੁਪਨੇ ਵਾਲਾ ਭੈੜਾ ਆਇਆ ਜਦੋਂ ਦੀ ਤੇਰੀ ਸੱਸ ਤੇ ਜੈਬੀ ਤੈਨੂੰ ਕੁੱਟੀ ਜਾਂਦੇ ਨੇ। ਨਾਲੇ ਪੁੱਤ ਆਏ ਆ ਵੀ ਕਈ ਵਾਰੀ ਨਾ, ਹੁਣ ਜੋ ਤੂੰ ਕੱਲ ਪਰਸੋਂ ਆ ਕੇ ਗਈ ਆ ਅਜੇ, ਉਹ ਲੋਕ ਨਾ ਕਹਿਣ ਲੱਗ ਜਾਂਦੇ ਆ ਲੈ ਇਹਨਾਂ ਦੀ ਕੁੜੀ ਤਾਂ ਰੋਜ਼ ਮੂੰਹ ਚੱਕ ਕੇ ਇੱਥੇ ਆ ਜਾਂਦੀ ਆ, ਦੀਂਦ ਆ ਇਹਨੂੰ ਵੀ ਸਾਰਾ ਕੁਛ ਮੇਰੀ ਹੈ, ਇਹਨਾਂ ਦੇ ਕਿਹੜਾ ਕੁਛ ਕੋਈ ਹੋਰ ਹੈਗਾ, ਇਹ ਜਿਹੀਆਂ ਗੱਲਾਂ ਤੋਂ ਡਰ ਲੱਗਦਾ ਬਾਪੂ। ਲੋਕਾਂ ਦੇ ਕਿਹੜਾ ਮੂੰਹ ਫੜੇ ਜਾਂਦੇ ਨੇ, ਲੋਕ ਤਾਂ ਬੋਲਦੇ ਰਹਿੰਦੇ ਨੇ ਬਾਪੂ, ਨਾਲੇ ਜਦੋਂ ਤੁਸੀਂ ਨਹੀਂ ਮੈਨੂੰ ਕੁਛ ਕਹਿੰਦੇ ਮੈਂ ਤਾਂ ਹੁਣ ਆਪਦੇ ਮਾਂ-ਬਾਪ ਦੇ ਘਰੇ ਆਉਣੀ ਹੈ। ਹੋਰ ਦੱਸ ਸਾਰੇ ਖੈਰ ਸੁੱਖਾ? ਹਾਂ ਬਾਪੂ ਸਾਰੇ ਠੀਕ ਠਾਕ ਵਧੀਆ, ਤੁਸੀਂ ਟਾਈਮ ਸਿਰ ਲੈ ਲੈਣਾ ਦਵਾਈ। ਉਹ ਮੈਂ ਤਾਂ ਲੈ ਲੈਣਾ ਪੁੱਤ ਦਵਾਈ, ਦਵਾਈ ਦਾ ਕੀ ਹੈ ਚੱਲੀ ਜਾਂਦੀ ਆ, ਮੇਰੀ ਤਾਂ ਹੁਣ ਅੱਧੀ ਲੰਘ ਗਈ, ਆ ਰਹਿ ਗਈ ਥੋੜੀ ਕਹਾਣੀ, ਇਹ ਵੀ ਲੰਘ ਜੂ ਆਈ ਟਿਕਦੇ ਰਹੇ ਨੇ। ਇਹ ਤਾਂ ਐਂ ਕਰਨ ਲੱਗ ਜਾਂਦਾ ਜੇ ਦਵਾਈ ਨੂੰ ਕਹੇ ਦੇ, ਇਹਦਾ ਤਾਂ ਪੈਸਾ ਕੱਢਣ ਨੂੰ ਜੀ ਨਹੀਂ ਕਰਦਾ। ਚਲੋ ਫਿਰ ਹੁਣ ਦਵਾਈ ਤਾਂ ਲੈਣੀ ਹੈ ਬਾਪੂ, ਹੁਣ ਆਖਰ ਨੂੰ ਜਦੋਂ ਜਿਹੜਾ ਰੋਗ ਲੱਗਾ ਦਵਾਈ ਤਾਂ ਲੈਣੀ ਸੀਗੀ। ਮੈਂ ਕਿਹਾ ਕੁੜੀ ਤਾਂ ਆਪਣੇ ਥੋੜੇ ਦੇ ਪੈਸਿਆਂ ਨੂੰ ਆਈ ਸੀ। ਪੈਸੇ? ਹਾਂ ਕਿੰਨੇ ਕੁ ਪੈਸੇ ਚਾਹੀਦੇ ਪੁੱਤ? ਬਾਪੂ ਅਸੀਂ ਜ਼ਮੀਨ ਲੈਣੀ ਹੈ, ਸਾਡੇ ਨਾਲ ਲੱਗਦੀ ਨਾ ਜ਼ਮੀਨ ਮਿਲਦੀ ਹੈ ਸਾਨੂੰ ਅੱਧਾ ਕਿੱਲਾ, ਅਸੀਂ ਉਹ ਲੈਣੀ ਹੈ। ਜੈਬੀ ਕਹਿੰਦਾ ਚੱਲ ਪੁੱਛਿਆ ਜੇ ਮਿਲਦੀ ਹੈ ਤਾਂ।
देख पुत्त थोड़े बहुते पैसे दसा भी 10,000 तो हो जूगा जे तू आखे भी 5-7 लाख दे देती है वो तो नहीं मेथो होना ले तू क्या जवाब देना कुड़ी ने सवाल पाया नहीं नहीं मैं आपे कुछ आऊंगी पैसे बापू दे के दो नाले 10-20 हज़ार तक कितो घट देने ज्यादा घट देने बापू इन्ने तो सू साडे कोल भी हैगे ने ओ ज्यादा दा पुत्त पैसे मिलने नहीं मैं तो आप करजे ही होया पया तैनू पता हुण तेरे ब्याह तो बाद हजे करजे नहीं उतरिया तेनू पता फसल चा कुछ बचदा नहीं जिहड़ा ठेके ते लाउणे आ वाह ओह कबीलदारियां च लंघ जांदा बापू मैनू तां पता है मेरा जी नहीं करदा सी सोनू सवाल पाउण नूं बस साडी मजबूरी हैगी नहीं नहीं धीए मैं आपी आपा ब्याज दे दांगे कोई गल नहीं ते सारा कुछ कुड़ी दा वो अगला की आपू भी पैसे लैन तोरी सी इन्ना ख्याल रखदे ने कुड़ी दा कल नूं माड़ी जी गल पिछे फर्क पै जांदा कोई गल नहीं आपा ओखे हो लांगे पर ती नूं नहीं आपा खाली मोड़ सकदे घरों चल वेख ला फिर हुण मैं तां पुछ के नहीं आया किसे दे आए पढ़ाई आडे टाइम किहदे कोले पए आ पैसे चल कोई ना बापू एक बार तुसी गल कर लो पहला नहीं 4 लाख बनता तो 3 तो पूछ ही लो फिर कोई ना धीए मैं आपे सब कुछ कर दूंगी कोई गल नहीं मैं पूछे आऊंगी चल चंगा कुड़ी नु चाह पानी पिया था पानी पिया चाह नहीं मैं पींदी हजे नहीं पींदी हैगी बेबे फिर पीऊंगी एक कहनी मैं चाह पींदी नहीं गल्लो नहीं बनाई मैं चल फिर आए कर लिया मेरी दवाई लिया कि अज तो दवाई नहीं लेती अज तो तू रहेगी हाँ बेबे अज तो मैं रहूंगी चल ठीक है धीए जे तू रहेगी ना फिर तड़के मैं पैसे दे के तोड़ूंगी तेन ठीक है बेबे नाले पुत सच ना मैनू सुपने जे पता नहीं का तो धीए तेरे को गल कर दिया रोज भेड़े भेड़े आते ने वह भी तेरे बारे ते आपकी सेहत ना ना ख्याल रखी बापू नू दवाई दे चल आ जा दे दवाई करना बड़ा टाइम हो गया जरा टाइम लग गया घंटा बेबे मैं तेनू की दसा भी तेरी धी किन्नी औखी है बेबे सोथों पैसे मंगण नूं मेरा जी नहीं करदा सी मैनू भी पता है भी अपने कोल केड़ा पैसा है अपना तो पैसा अई वग जांदा बीमारी च मां तेनू की दसा तेरे सुपने तो सच ही ने तेरी धी तो सच्ची औखी है मां मैनू दोने बहुत तंग करते ने